सत श्री अकाल जी, मैं थोड़ा दोस्त जिओना ते आज मैं बहुत मजबूर होया बैठा। ना नहीं आ तुहानू सारयां नू पता किरने आ थोड़ा जा दुखी है पर मेरे मुंह तो लग नहीं रहा। वैसे आखो आ केड़े काम डाया किरण ने मेनू कहते मेरे वाल स्ट्रेट करो हुण मैं जोने ने सलून खोल लिया नवा सलून जोना सलून आओ जी वाल स्ट्रेट करवा लो है ना। मैं होर तो कोई काम नहीं ना मैनू मैं जाना एक्चुअली मैनू काम है तुहानू दस्सिया जी ना जिहड़ा कल आपां रेलवे स्टेशन गए सी उहदा सर्टिफिकेट जे हैगा उत्थे मैं कहा जाके उस मोहरां लवाईआं वा ते मैनू कहिंदे ना नहीं जाना हाले देखो टाइम देखो एक वजण ते आ गया कहिंदे मेरे वाल स्ट्रेट करो पहला हुण पहला मैं उधर जावां कि इधर करां लंच टाइम होणा उत्थे बाहर जिस टाइम मैं पहुंचांगा ना उस टाइम लंच टाइम होएगा जिस टाइम तुसीं मैनूं भेजोगे। चलो फटाफट करो जिउणे दा सलून नवा खोलिया जी आपां वाल स्ट्रेट करन वास्ते कमाल ही कमाल आ देखो ट्राईपोड ते लाके तुहानूं दिखांदा मैं किवें वाल स्ट्रेट करांगा देखोगे बिजड़ा पूरा जिवें चिड़ी ओह बिजड़ा ते बिजड़े बिजड़े दा आलणा नहीं हुंदा यार ना ते होर की वेख लो फिर चिमटा जा देता कहने खिची जाओ फड़ फड़ के वाल और मैं खिची जाऊंगा फड़ फड़ के मैं नहीं पता की होगा। वैसे मैं एक बार पहले भी किए ना जो मैं जर्मनी सी ना उदो एक बार किए मैं और बड़े वधिया हुए उस टाइम आदत पै गई है चलो मजाक पाट बहर जाके 500 रुपए लेंदे ने करन दा हना चिमटे नूं मैं देखे एक दिन क्योंकि मैं नाल गया सी मैं कहा सौखा जिहा काम है मैं कहा मैनूं सिखा दो मैं करदा करूंगा इन्हां जर्मनी जाके मैं दस्सिया फड़ फड़ खिची जो मैं खिचे वह घेंट हो गई ਹੁਣ ਪਰ ਇਹ ਤਾਂ ਨਹੀਂ ਕਿਹਾ ਸੀ ਜਦੋਂ ਮੈਂ ਬੀਜੀ ਹੋਵਾਂ ਮੈਂ ਕਿਤੇ ਜਾ ਰਿਹਾ ਹਾਂ ਮੈਨੂੰ ਫੜ ਕੇ ਬਿਠਾ ਲਓ ਚਲੋ ਹੁਣ ਕੋਈ ਨਹੀਂ ਥੋੜਾ ਜਿਹਾ ਚਲੋ ਜਿਹੜੇ ਮੇਰੇ ਵੀਰ ਵੀਡੀਓ ਦੇਖ ਰਹੇ ਨੇ ਤੇ ਭਰਾਵੋ ਵਧੀਆ ਚੀਜ਼ ਕਰ ਲਿਆ ਕਰੋ ਹਨਾ ਮੇਰੀਆਂ ਭੈਣਾਂ ਜਿਹੜੀਆਂ ਤੁਹਾਡੀਆਂ ਵਾਈਫਾਂ ਨੇ ਜਾਂ ਤੁਹਾਡੀਆਂ ਭੈਣਾਂ ਵੀ ਹੋਣਗੀਆਂ ਉਹਨਾਂ ਦੇ ਵੀ ਕਰ ਲਿਆ ਕਰੋ ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਪਤਾ ਚਲੋ ਹਾਸਾ ਖੇਡ ਕਰਦੇ ਰਹਿੰਦੇ ਹਾਂ ਇਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਵਾਲ ਸਟ੍ਰੇਟ ਕਰਨਾ ਨਾਲ ਟਾਈਮ ਪਾਸ ਹੋ ਜਾਂਦਾ ਵਧੀਆ ਸਿੱਖ ਜਾਂਦੇ ਨਵੀਂ ਚੀਜ਼ ਤੇ ਨਾਲ ਪੈਸੇ ਬਚ ਜਾਂਦੇ ਨੇ ਦੋਨੋਂ ਕੰਮ ਘੈਂਟ ਅੱਧੇ ਵੱਲ ਕਰ ਲਏ ਸਾਈਡ ਤੇ ਤੇ ਅੱਧੇ ਮੈਂ ਕੀ ਕਰਦਾ ਮੈਂ ਦੱਸ ਦੇ ਬਤਾ ਹਾਂ ਇਹਨੇ ਨੇ ਕਰਤਾ ਤੇ ਅੱਗੇ ਕਰੋ ਸਿਰ ਥੋੜਾ ਜਿਹਾ ਹੋਰ ਇਹਨੇ ਮੈਨੂੰ ਥੋੜੀ ਪਤਾ ਤੁਹਾਨੂੰ ਦੇਖ ਰਿਹਾ ਹੋਗਾ ਪਿੱਛੇ ਹਾਂ ਸੱਚ ਇਹਦੇ ਕਿਹੜਾ ਉਹ ਸੈਂਸੇਸ਼ਨ ਹੁੰਦੀ ਇਹਦੇ ਕਿਹੜਾ ਹੋਈ ਮੈਂ ਕਰਦਾ ਨਹੀਂ ਸਾੜ ਦੇ ਨਾ ਫੜ ਜਾ ਜਿਉਣੇ ਸਲੂਨ ਦਾ ਇਹਦਾ ਬੈਨੀਫਿਟ ਹੈ ਥੋੜਾ ਕੇ ਕਿਦਾ ਗਰਮ ਲਾ ਨਾ ਦਿਓ ਮੈਨੂੰ ਇਹ ਲੰਦਾ ਵਧੀਆ ਹੋ ਗਿਆ ਤੁਹਾਡੇ ਤਾਂ ਮਿਕਸ ਜਿਹੇ ਹੋਏ ਨੇ ਵਾਲ ਅੱਧੇ ਉੱਪਰੋਂ ਸ਼ੁਰੂ ਹੋ ਜਾਂਦੇ ਨੇ ਇੱਧਰੋਂ ਇੱਧਰੋਂ ਸ਼ੁਰੂ ਹੋ ਜਾਂਦੇ ਨੇ ਤੁਸੀਂ ਚੱਕ ਹੁੰਦਾ ਰਹੇ ਉਹ ਜਿਹੜੇ ਸਲੂਨਾਂ 'ਚ ਕਰਦੇ ਨੇ ਪਤਾ ਨਹੀਂ ਕਿੰਨੇ ਚਿਮਟੇ ਚੁਮਟੇ ਕੰਘੀਆਂ ਕੁੰਘੀਆਂ ਲਾਈਆਂ ਹੁੰਦੀਆਂ ਉਹਨਾਂ ਨੇ ਕੰਘੀਆਂ ਪਾਰਟੀਸ਼ਨ ਕੰਘੀ ਨਾਲ ਕਹਿ ਰਹੀਆਂ ਪਹਿਲਾਂ ਕੰਘੀ ਨਾਲ ਨਾ ਪਾਰਟੀਸ਼ਨ ਕਰਦੇ ਨੇ ਫਿਰ ਉਹ ਕੰਘੀ ਲਿਖ ਗਿਆ ਸਾਥ ਨਹੀਂ ਆ ਤੇ ਫਿਰ ਇੰਨਾ
ਇਹਨਾਂ ਦਾ ਕਰਨਾ ਹੀ ਪਏਗਾ ਉਹੀ ਤਾਂ ਕਹਿ ਰਿਹਾ ਮੈਂ ਕਹੇ ਨਾ ਆਪਾਂ ਲੱਗੇ ਰਹਿੰਦੇ ਆ ਇੱਕ ਦੂਸਰੇ ਦੇ ਨਾਲ ਤਾਂ ਹੈਲਪ ਕਰ ਅਸੀਂ ਕੋਈ ਉਹ ਨਹੀਂ ਹੈਗਾ ਵੀ ਹੁਣ ਕੋਈ ਦੇਖ ਕੇ ਇਹ ਨਾ ਕਹੇ ਵੀ ਇਹ ਕੀ ਕਰਦੇ ਫਿਰਦੇ ਆ ਮੈਨੂੰ ਵਾਲ ਮੈਂ ਸਟ੍ਰੇਟ ਕਰਨੀ ਮੈਂ ਬਾਹਰੋਂ ਵੀ ਕਰਵਾ ਕੇ ਆਉਣੇ ਤਾਂ ਫਿਰ ਮੈਂ ਸ਼ਿਪਿੰਗ ਬਾਹਰ ਵੀ ਸਲੂਨ ਵਿੱਚ ਬੰਦੇ ਹੀ ਕਰਦੇ ਨੇ ਮੈਕਸਿਮਮ रिकॉर्डिंग पता लगे बाहरों ऑफर आ गई है स्टूडियो च किरण हवा कर रहे ने लै भाई देख जाने मैं छड़ रही जाना म्यूजिक का काम करना रब ने दिते वाल मैं उचका वाल ना ठीक सी चंगे भले वाल सी करा करा समूदनिंग करा करा मॉइस्चर थेरेपिया पता नहीं की कुछ करा करा टेढ़े पिछे करो इन्ना कुछ करा करा वाला दा नाश मार लिया वैसे तुहाडे वाल ना सॉफ्ट सी पर हैगे करदी होई सी पहला हैगे करदी होई सी याद है मैं जदों किरण नूं पहली बार मिलिया सी याद है कित्थे मिले सी रजना नाल है अरोमा अरोमा मिले सी पहला ਕਿ ਡੋਮਿਨੋਸ ਮਿਲੇ ਸੀ ਨਹੀਂ ਰੋਮਾ ਮਿਲੇ ਸੀ ਆਪਾਂ ਵਾਚ ਡੋਮਿਨੋਸ ਬਾਚ ਗਏ ਸੀ ਬਾਚ ਗਏ ਸੀ ਡੋਮਿਨੋਸ ਨੀਲਾ ਸੂਟ ਪਾਇਆ ਸੀ ਕਿਰਨ ਨੇ ਪਹਿਲੀ ਵਾਰ ਤੇ ਮਿਲੇ ਜਣਾ ਬਲੂ ਕਲਰ ਦਾ ਸੂਟ ਪਾਇਆ ਸੀ ਉਸ ਟਾਈਮ ਵਾਲ ਸੀ ਮਿੱਟੀ ਜੀ ਕੀਤੀ ਹੋਈ ਸੀ ਵਾਲਾਂ ਦੇ ਉੱਪਰ ਹੈਨਾ ਗੋਤੀ ਦੀ ਹਾਏ ਰਹਿਣ ਦੋ ਯਾਰ ਕੀ ਰਹਿਣਾ ਵਾਲ 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 ਗਰਮ ਸੀ ਐਕਚੁਅਲੀ ਚਿੰਤਾ ਨਹੀਂ ਕਰਿਆ ਮੈਂ ਕਹਿੰਦਾ ਸੋਕਾ ਕੰਮ ਜੀ ਚਿੰਤਾ ਜਿਹਾ ਪਾ ਕੇ ਵਾਲਾਂ 'ਚ ਖਿੱਚੀ ਜੋ ਬਸ ਜੇ ਤਾਂ ਕਰੂੰਗਾ ਨੀ ਜੇ ਕਰੂੰਗਾ ਤਾਂ ਵਧੀਆ ਕਰੂੰਗਾ ਸਵਾਰ ਕੇ ਬੋਲਣਾ ਨੀ ਆ ਮੂੰਹ ਨੂੰ ਚਿੰਟਾ ਲਾ ਲਓ ਜੀ ਆਲਮੋਸਟ ਹੋ ਗਏ ਹੁਣ ਇੱਕ ਵਾਰੀ ਫਾਈਨਲ ਟੱਚ ਜਿੱਥੇ ਜਿੱਥੇ ਵਾਲ ਥੋੜੇ ਠੀਕ ਨਹੀਂ ਲੱਗ ਰਹੇ ਤੇ ਘੁੰਮਿਓ ਜਰਾ ਤੁਸੀਂ ਦਿਓ ਨੰਬਰ ਮੈਨੂੰ ਕਿਰਨ ਨੇ ਤਾਂ ਦੇਣੀ ਨੀ ਕਿਰਨ ਨੇ ਤਾਂ ਫਿਰ ਕਮੀਆਂ ਕੱਢ ਦੇਣੀ ਏਦਾਂ ਨੀ ਪਹਿਲਾਂ ਵਾਲ ਦੇਖੇ ਸੀ ਨਾ ਤੁਸੀਂ ਤੇ ਹੁਣ ਦੇਖ ਰਹੇ ਹੋ ਲੱਗ ਜਾਂਦਾ ਨਾ ਗਰਮ ਗਰਮ ਲਓ ਜੀ ਮੇਰੇ ਵੱਲੋਂ ਡਨ ਹੈ ਜੀ ਚੈੱਕ ਕਰ ਸਕਦੇ ਤੁਸੀਂ ਵਾਲ ਦਿਖਾਓ ਜਰਾ ਆਪਣੀ ਵਿਊਅਰਸ ਆ ਦੇਖੋ ਇਹ ਉਹੀ ਵਾਲ ਨੇ ਜਿਹੜੇ ਪਹਿਲਾਂ ਗੰਦੇ ਜੀ ਸੀ ਲਓ ਜੀ ਆਪਣਾ ਕੰਮ ਡਨ ਹੁਣ ਤੁਸੀਂ ਆਪ ਦੱਸ ਕੇ ਦੇਖ ਕੇ ਦੱਸੋ ਕਿਹਨੂੰ ਬਾਕੀ ਮੇਰੇ ਹੇਅਰ ਨਾ ਡੈਮੇਜ ਬਹੁਤ ਜ਼ਿਆਦਾ ਵਾ कपड़े कोई वाल नहीं लगे हुए हूं मैं चलिया बहर ठीक है परना चेंज कर ला मैं परना बालना दोबारा मैं जाना कि जरूरी काम तुम पता ही हो रेडी पहला चंगा जी मैडम बाय नहीं मैं नहीं जल्दी आना कोई काम है दसो मैं कर लेना अंदर ये चंगा फिर बाय बाय लो जी आप चलिए आ गए जी सिविल हस्पताल दे विच आ देखो आ मैं वो ले लिया फॉर्म ले लिया जिहड़ा हुंदा है डिसेबिलिटी सर्टिफिकेट कंसेशन सर्टिफिकेट ये हुंदा जिहड़ा ऑनलाइन निकलता है रेलवे वैबसाइट तो यह मैं ले लिया हूँ जाके डॉक्टर देखते हैं भी किहड़े डॉक्टर करते हैं मैनू जिस तक डाउट है कि सिविल हस्पताल इतों नहीं होगा सी एम ओ ऑफिस तो होंगे जरा एस एम ओ होंगे ना सीनियर मेडिकल ऑफिसर मेरे ख्याल उस तो होगा लैट सी बाकी चैक कर लेने एक बार सिविल हस्पताल तो बाहर निकल के हूँ आप घर वाल जाते हुए बहुत जल्दी हो गया काम एक थोड़ी अड़चन पई सी और जाके मैं तुम्हें घर जाके दसूँगा क्योंकि किरण ने भी मेरे मेरे तो दोबारा पूछना है भी की चक्कर पिया सो किरण भी दसूँगा तो भी कट्ठिया दस दूंगा
ਕੀ ਚੱਕਰ ਹੈ ਹੁਣ ਪਹਿਲਾਂ ਘਰ ਪਹੁੰਚੀ ਭੁੱਖ ਵੀ ਲੱਗੀ ਵੀ ਹੈ ਕੰਮ ਤਾਂ ਮੈਂ 10-15 ਮਿੰਟ ਦਾ ਸੀ ਜ਼ਿਆਦਾ ਨਹੀਂ ਸੀ ਹੋ ਗਿਆ ਕੰਮ ਇਹਨੂੰ ਲੈਮੀਨੇਸ਼ਨ ਵੀ ਕਰਾ ਲਾ ਮੈਂ ਸਰਟੀਫਿਕੇਟ ਤੋਂ ਬਣ ਗਿਆ ਫ੍ਰੀ ਘੁੰਮਾਂਗੇ ਪੂਰੀ ਹਾਂ ਨਜ਼ਾਰੇ ਲੈ ਰਹੇ ਹਾਂ ਸੋ ਰਹੇ ਹਾਂ ਜ਼ਿੰਦਗੀ ਦੇ ਆਵੜੋ ਬਣ ਗਿਆ टाइम तो लागे ना एक डॉक्टर ने परेशान कर लिया बाकी तो ठीक से आज अंदर आज फिर दसदा पानी पिला दे नाल मैं गया डॉक्टर से पहला हॉस्पिटल गया हॉस्पिटल जाके किसी ने पूछा भी मेडिकल ऑफिसर का कमरा किहड़ा है कहते इस नंबर कमरे च जाओ उत्थे तुहानू मैडम मिलणगे वह दसणगे भी किहड़े डॉक्टर तो साइन होवांगे मैं मैडम कोल गया मैं कहा मैम भी आ मैं रेलवे कंसेशन फॉर्म है इस ते स्टैंप अटेस्ट कराने कहते थोड़ा डिसेबिलिटी सर्टिफिकेट दिखाओ मैं कार्ड देता कहते कार्ड नहीं सर्टिफिकेट मैं मेरे को तो है ही नहीं सर्टिफिकेट मेरे को तो कार्ड ही है कहते तुम अपलाई नहीं किया मैं क्या जो कार्ड बन गया फिर सर्टिफिकेट की लोग की लड़ है गवर्नमेंट ने कार्ड ता इशू इतने बेटे डेट सर्टिफिकेट कौन चक्की फिर एक कॉम्पैक्ट स्मार्ट कार्ड है जो सर्टिफिकेट का लिखा होता उ इस लिखा हुआ है कहते वो तो ठीक है पर सर्टिफिकेट चाहिए असं मोहर ला के देंगे मैं क्या मैम तुम मैं देख रहे हो परसन हुई हाँ मैं जो करवाना है फोटो मेरी है आई डी कार्ड आधार कार्ड डिसेबिलिटी कार्ड मेरा है वो सर्टिफिकेट ऐसा की कर देगा जो तुम्हें इतों नहीं पता लग रहा सारा कुछ तो ये मैनशन होंगे यू डी आई कार्ड गवर्नमेंट ने ता ही बनाया होंगे ना आ स्कैन करके देख लो मैं क्या यह स्कैन करके सारा कुछ निकल आएगा कहीं ना यह डॉक्टर बाबा तुम मिलो जाके उन्होंने सर्टिफिकेट ही मंगना है डॉक्टर बाबा ही करे इस चीज़ का मेरे हाथ से तो है नहीं ये हड्डियों का डॉक्टर ने करना मैं फिर गया डॉक्टर बाबे को उन्होंने गया उन्होंने बस कुछ नहीं किया सर्टिफिकेट देखा कहते तो कार्ड दिखा ओरिजिनल मैं ओरिजिनल कार्ड दिखाता हूँ कुछ नहीं थर्ड 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 मोरा खाता हूँ सैन कर कुछ नहीं पूछा सर्टिफिकेट ये वो पता की होता कई ना जी छोटी पोस्ट के होंगे ना जिम्मे डॉक्टर डॉक्टर मेडिकल डॉक्टर तो थोड़ी थलड़ी पोस्ट से उन्होंने ज्यादा एटीट्यूड या ज्यादा तकिया काम करने की आदत होंगी एक भलीए मानसे मैडम है भी तू देख भी आ सर्टिफिकेट की थान कॉम्पैक्ट गवर्नमेंट ने आई डी कार्ड क्यों बना के दिता है इससे सारा कुछ मैनशन है चलो इन वे अपना काम हो गया कार्ड बन गया मैं तुम्हें कार्ड दिखा अपना सर्टिफिकेट दिखा लैमीनेशन भी करा लिया आ जी अपना कार्ड मैं इतने एड्रैस से हाथ रख लिना एवें तो हों जी सर्टिफिकेट आ मेरी फोटो तो फोटो भी टैसट करता है तो आ नीचे भी उन्होंने टैसट कर दिता है जी सारा कुछ मेडिकल ऑफिसर ने यार मैंने एक डाउट पता की लग रहा है इतने ना हॉस्पिटल की स्टैंप आनी चाहिए सी और लिखे क्लीयर सील ऑफ सिविल सिविल हॉस्पिटल मतलब इधर लिखा हुआ भी तो हॉस्पिटल की स्टैंप होनी चाहिए डॉक्टर ने अपनी ला दी इतने गड़बड़ तो नहीं डॉक्टर की स्टैंप है ना भी डॉक्टर एक एड्रैस होंगे ना हॉस्पिटल का सिविल हॉस्पिटल ये इदा करके ठीक है चलो साढ़े जेडे एरिए मैं रहना मोहाली के स्टार्टिंग रहना तुम्हें पता ही होना सैक्टर 126 तो ये नाल ही बिल्कुल सिविल हॉस्पिटल पैंदा खरड़ का फिर मैं उधर गया जे मैं मोहाली वाले जाता वो 6 फेज जाना पैना से मैनू पर यह नेड़े पै गया इतने हो गया काम सिंपल है जी तुम जाओगे जे किसी ने बनवाना हो सर्टिफिकेट या तो किसी नॉन ने बनाना हो ऑनलाइन वैबसाइट तो डाउनलोड कर लो यदि रेलवे की वैबसाइट तो उपर उपर ही पिया होंगे और थोड़ा जि नाम एड्रैस अपना नाम बस ये भरना है तुम डैडी का नाम पिता का नाम या हसबैंड लड़किया वास्ते हसबैंड नेम कुछ नहीं करना भर के फोटो ला के चले जो उन्होंने मोहरा मोहरा ला के तुम दे देने बस कोई पैसा लगना कुछ भी नहीं बस हम जो टिकट लैनी होंगी आप रेलवे की ये जाके दिखाना है यदि फोटो कॉपी देनी है फोटो कॉपी साइन करके फोटो कॉपी की देवे तो नाल मान लो 1000 रुपए की टिकट है उन्होंने सर 250 रुपये लेना सर तो 250 रुपये देंगे वो टिकट सूँ बुकिंग वाली प्रोपर वधिया बना के दे देंगे कंसेशन वाले ओके हुण खाइए रोटी भुख लगी है की बनाया किरण राइस नाल ब्लैक चने तो राइस चलो खाइए कल मैं सर्टिफिकेट बना के लिया से अज यदि टैसटिंग वास्ते मैं रेलवे स्टेशन आया कि यदि टिकटा बुक होंगे ने कि नहीं होंगे क्योंकि टिकटा असं करानियां जरूरी ने बुक चलते हैं देखने वास्ते यदि टैसटिंग करने वास्ते जो कोई दिक्कत आई तो आप चेंज करा लाँगे ठीक है आप आ गए उदन फिर इतने आए ना मोहाली वाले स्टेशन से अब फिर आ गए छिपी गए ने पुछगिछ करने वास्ते उत्थे
ਤੇ ਮੈਨੂੰ ਇਹ ਦੱਸੋ ਇਹ ਕੱਲ ਭਰਵਾ ਕੇ ਲਿਆਏ ਕਿ ਸਰ ਕੋਲ ਪੁੱਛੀ ਆ ਦੀ ਹੈਂਡੀਕੈਪ ਦਾ ਓਕੇ ਇਹ ਸਰਟੀਫਿਕੇਟ ਵਿੱਚ ਪ੍ਰੋਬਲਮ ਹੈ ਜਿਹੜੀ ਕੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਇੱਥੇ ਇੱਕ ਡਾਕਟਰ ਦੀ ਸਟੈਂਪ ਲੱਗਣੀ ਸੀ ਤੇ ਇੱਕ ਲੱਗਣੀ ਸੀ ਹਸਪੀਟਲ ਦੀ ਹਸਪੀਟਲ ਦੀ ਸਟੈਂਪ ਵੀ ਲਾਉਣੀ ਪੈਗੀ ਕਹਿੰਦੇ ਬੇਕਾਰ ਹੈ ਨਵਾਂ ਬਣਾਓ ਦੁਬਾਰਾ ਤੇ ਅੱਜ ਫਿਰ ਜਾ ਕੇ ਦੁਬਾਰਾ ਬਣਵਾਉਣਾ ਪੈਣਾ ਆ ਜਾਓ ਟਿਕਟਾਂ ਵੀ ਜਿਹੜੀਆਂ ਮਿਲ ਰਹੀਆਂ ਨੇ ਅਸੀਂ ਕਰਨੀਆਂ ਸੀ 30 ਦਸੰਬਰ ਦੀਆਂ ਬੁੱਕ ਤੇ 31 ਦਸੰਬਰ ਤੱਕ ਸਾਰੀ ਟ੍ਰੇਨ ਬੁੱਕ ਹੈ ਮਤਲਬ ਟਿਕਟਾਂ ਹੈ ਨਹੀਂ ਗੀਆਂ ਤੇ ਜੇ ਹੈਗੀਆਂ ਨੇ ਤਾਂ ਅਲੱਗ ਅਲੱਗ ਡੱਬਿਆਂ 'ਚ ਮਿਲ ਰਹੀਆਂ ਨੇ ਫਿਰ ਮੈਨੂੰ ਅੱਜ ਹੀ ਬਣਾਉਣਾ ਪੈਣਾ ਤੇ ਕੱਲ੍ਹ ਮੈਨੂੰ ਸਵੇਰੇ ਸਵੇਰੇ ਆ ਕੇ ਇੱਥੇ ਟਿਕਟਾਂ ਬੁੱਕ ਕਰਾਉਣੀ ਪੈਣੀ ਤਾਂ ਕਿ ਇਕੱਠਿਆਂ ਨੂੰ ਮਿਲ ਸਕਣ ਚਲੋ ਚਲੀਏ ਖੋਲ ਲਿਓ ਹੁਣ ਆਇਆ ਜੀ ਸਿਵਲ ਹਸਪਤਾਲ ਮੋਹਾਲੀ ਦੇ ਵਿੱਚ 6 ਫੇਜ਼ ਦੇ ਵਿੱਚ ਆਇਆ ਸੋ ਅੱਜ ਮੈਂ ਕਿਉਂਕਿ ਕੱਲ੍ਹ ਦੀਆਂ ਟਿਕਟਾਂ ਬੁੱਕ ਕਰਾਉਣੀਆਂ ਨੇ ਕੱਲ੍ਹ ਟਿਕਟਾਂ ਬੁੱਕ ਕਰਾਉਣੀ ਨਹੀਂ ਤਾਂ ਸਾਰੀਆਂ ਬੁੱਕ ਹੋ ਜਾਣਗੀਆਂ ਇਸ ਕਰਕੇ ਅੱਜ ਹੀ ਮੈਨੂੰ ਐਮਰਜੈਂਸੀ ਦੇ ਵਿੱਚ ਆਉਣਾ ਪਿਆ ਮੈਂ 6 ਫੇਜ਼ ਮੋਹਾਲੀ ਦੇ ਵਿੱਚ ਆਇਆ ਇਸ ਟਾਈਮ ਡਾਕਟਰ ਤੋਂ ਕਰਾਉਣ ਸਾਇਨ ਸੂਨ ਦੇ ਯਾਰ ਕੱਲ੍ਹ ਡਾਕਟਰ ਨੇ ਗਲਤ ਕਰਤੇ ਸੀ ਸਾਰੇ ਸਾਇਨ ਦੇ ਸਟੈਂਪਾਂ ਗਲਤ ਲਾ ਤੀਆਂ ਫਾਈਨਲੀ 6 ਫੇਜ਼ ਮੋਹਾਲੀ ਤੋਂ ਕੰਮ ਹੋ ਗਿਆ ਜੀ ਡਾਕਟਰ ਸਾਹਿਬ ਨੇ ਤਾਂ ਕੁਛ ਵੀ ਨਹੀਂ ਪੁੱਛਿਆ ਨਾ ਕੁਛ ਦੇਖਿਆ ਮੈਂ ਦਿਖਾਇਆ ਸਰਟੀਫਿਕੇਟ ਮੋਹਰਾਂ ਮਾਰ ਕੇ ਉਹ ਕੰਮ ਕੀਤਾ ਚਲੋ ਜੀ 2 ਮਿੰਟ ਲੱਗੇ ਨੇ 2 ਮਿੰਟ ਅੰਦਰ ਗਿਆ ਤੇ ਨਾਲ ਦੀ ਨਾਲ ਬਾਹਰ ਆ ਗਿਆ ਚਲੋ ਜੀ ਫਾਈਨਲੀ ਉਮੀਦ ਕਰਦਾ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਮੈਂ ਦਿੱਤੀ ਹੈ ਠੀਕ ਲੱਗੀ ਹੋਣੀ ਕਿਉਂਕਿ ਲਾਈਕ ਕਰ ਦਿਆ ਕਰੋ ਦੋਸਤੋ ਇਹਨੂੰ ਕਿਸੇ ਦੇ ਕੰਮ ਆ ਸਕਦੀ ਹੈ ਕਿਉਂਕਿ ਜਿੰਨੀ ਲਾਈਕ ਕਰੋਗੇ ਉਨੀ ਵੀਡੀਓ ਫੈਲੇਗੀ ਔਰ ਬੜੇ ਜਣਿਆਂ ਨੂੰ ਇਸ ਚੀਜ਼ ਦੀ ਲੋੜ ਪੈ ਸਕਦੀ ਹੈ ਕਿਸੇ ਦੇ ਜ਼ਰੂਰਤਮੰਦ ਨੂੰ ਲੋੜ ਪੈ ਸਕਦੀ ਹੈ ਠੀਕ ਹੈ ਕਰਾ ਲਈ ਟਿਕਟਾਂ ਫਿਰ ਚਲੋ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਸਰਟੀਫਿਕੇਟ ਟਿਕਟਾਂ ਨਹੀਂ ਹੋਣ ਤੇ ਆ ਰਹੀਆਂ ਸਰਟੀਫਿਕੇਟ ਵੀ ਹੋ ਗਿਆ ਰੈਡੀ ਚਲੋ ਇੱਕ ਸਰਟੀਫਿਕੇਟ ਨਾਲ ਫਿਰ ਵੀ ਕੀ ਫਰਕ ਪੈਣ ਲੱਗਾ ਜੇ ਆਪਾਂ ਇਕੱਲੇ ਹੁੰਦੇ ਫਿਰ ਤਾਂ ਆਪਾਂ ਇਹ ਬਾਏ ਕਾਰ ਜਾਂ ਬਾਏ 에ਅਰ ਚਲ ਜਾਂਦੇ ਪਰ ਹੁਣ ਪੂਰੀ ਫੈਮਿਲੀ ਦੇ ਨਾਲ ਫਿਰ ਬਾਏ ਟ੍ਰੇਨ ਹੀ ਆਪਾਂ ਨੂੰ ਅਵਾਰਾ ਖਾਣੀ ਹੈ ਅਵਾਰਾ ਖਾਣੀ ਨਾ ਬਜਟ 'ਚ ਰਹਿਣੀ ਹੈ ਕਿੰਨੀਆਂ ਟਿਕਟਾਂ ਕਰਾਉਣੀਆਂ ਹੁਣ ਆਪਾਂ 15 16 17 ਤੁਹਾਡੇ ਪੇਜ ਫੋਨ ਦੇ ਵਿੱਚ ਲਿਖਿਆ ਲਿਖਿਆ ਹੋਇਆ ਨਾ ਟਿਕਟਾਂ ਕਰਾ ਲਈਆਂ ਜੀ ਆਪਾਂ ਸਾਰੀਆਂ ਬੁੱਕ ਆਉਣ ਜਾਣ ਦੀਆਂ 16 ਟਿਕਟਾਂ ਨੇ ਟੋਟਲ ਸਾਡੀਆਂ ਅਸੀਂ 16 ਜਣੇ ਜਾ ਰਹੇ ਹਾਂ ਸਾਰੇ ਪਰਿਵਾਰ ਮੈਂਬਰ ਤੇ ਡਿਸਕਾਊਂਟ ਦਾ ਇੱਦਾਂ ਜਿਹੜਾ ਇਹ ਸਰਟੀਫਿਕੇਟ ਬਣਾਇਆ ਸੀ ਕਹਿੰਦੇ ਕੁਛ ਟ੍ਰੇਨਾਂ 'ਤੇ ਹੈਗਾ ਡਿਸਕਾਊਂਟ ਕੁਛ 'ਤੇ ਨਹੀਂ ਹੈਗਾ ਇਹਦਾ ਮਤਲਬ ਕੋਈ ਫਾਇਦਾ ਨਹੀਂ ਹੋਇਆ ਮੈਨੂੰ ਜ਼ੀਰੋ ਫਾਇਦਾ ਅਤੇ ਐਨੀਵੇਜ਼ ਚਲੋ ਜੋ ਰੂਲ ਨੇ ਹੈ ਨਾ ਮਾੜੇ ਰੂਲ ਨੇ ਵੈਸੇ ਕਿਉਂਕਿ ਫੋਰਨ ਕੰਟਰੀ ਦੇ ਵਿੱਚ ਜਿਹੜੇ ਰੂਲ ਨੇ ਉਹ ਚੱਲ ਜਾਂਦੇ ਨੇ ਹੈ ਨਾ ਇੰਡੀਆ 'ਚ ਨਹੀਂ ਚੱਲ ਰਹੇ ਜਿਨ੍ਹਾਂ ਨੇ ਬਣਾਇਆ ਮਾੜੀ ਗੱਲ ਹੈ ਅਤੇ ਹੁਣ ਇਹਨਾਂ ਦੇ ਜਿਹੜੇ ਹੁਣ ਸੀਨੀਅਰ ਸਿਟੀਜ਼ਨ ਦਾ ਜਿਹੜਾ ਡਿਸਕਾਊਂਟ ਹੁੰਦਾ ਟ੍ਰੇਨ 'ਚ ਉਹ ਵੀ ਕੋਈ ਡਿਸਕਾਊਂਟ ਨਹੀਂ ਹੈਗਾ ਸਿਟੀਜ਼ਨ ਦਾ ਵੀ ਜ਼ੀਰੋ ਡਿਸਕਾਊਂਟ ਹੈ ਕੋਈ ਡਿਸਕਾਊਂਟ ਨਹੀਂ ਚੱਲ ਰਿਹਾ ਇਹ ਪੂਰੀਆਂ ਟਿਕਟਾਂ ਲੱਗੀਆਂ ਨੇ ਬਸ 2 ਬੱਚੇ ਨੇ ਸਾਡੇ ਨਾਲ ਉਹਨਾਂ ਦੀ ਹਾਫ ਹਾਫ ਟਿਕਟ ਲੱਗੀ ਹੈ ਕਿਉਂਕਿ ਜਿਹੜੇ ਮੇਰੇ ਕੋਲ 10 ਸਾਲ ਤੋਂ ਪਤਾ ਨਹੀਂ 12 ਸਾਲ ਤੋਂ ਛੋਟੇ ਹੁੰਦੇ ਨੇ ਉਹਨਾਂ ਦੀ ਹਾਫ ਹਾਫ ਟਿਕਟ ਲੱਗੀ ਹੈ ਬਾਕੀ ਸਾਰਿਆਂ ਦੀ ਪੂਰੀਆਂ ਮੇਰੀ ਵੀ ਪੂਰੀ ਟਿਕਟ ਲੱਗੀ ਹੈ ਕਿਰਨ ਦੀ ਵੀ ਨਾਲ ਅਸਿਸਟੈਂਟ ਦੀ ਵੀ ਜਿਵੇਂ ਬਣ ਕੇ ਜਾਂਦੇ ਹੁੰਦੇ ਨੇ ਉਹ ਕਾਰਡ ਸਾਡਾ ਜਿਹੜਾ ਹੈਂਡੀ ਡਿਸੇਬਿਲਟੀ ਦਾ ਕਨਸੈਸ਼ਨ ਕਾਰਡ ਹੈ ਉਹ ਚੱਲਿਆ ਨਹੀਂ ਮਤਲਬ ਚੱਲਿਆ ਨਹੀਂ ਕਹਿੰਦੇ ਹੈ ਹੀ ਨਹੀਂ ਉਹ ਕਈ ਟ੍ਰੇਨਾਂ 'ਚ ਮਿਲ ਜਾਂਦੀ ਹੈ ਕਨਸੈਸ਼ਨ ਕਈਆਂ 'ਚ ਨਹੀਂ ਮਿਲਦੀ ਸੋ ਹੁਣ ਇਹਦਾ ਕੋਈ ਲੌਜਿਕ ਨਹੀਂ ਗਾ ਜਿਹੜਾ ਮੈਂ ਇਹ ਕਾਰਡ ਬਣਵਾਇਆ ਇਹਦਾ ਕੋਈ ਲੌਜਿਕ ਨਹੀਂ ਬਣਿਆ ਚਲੋ ਐਨੀਵੇਜ਼ ਇੱਕ ਐਕਸਪੀਰੀਅੰਸ ਹੀ ਸਹੀ ਆਪਾਂ ਨੂੰ ਇਹ ਦੱਸਣ ਲਾਇਕ ਬਣ ਗਿਆ ਵੀ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਤੇ ਕੋਈ ਐਡੀ ਗੱਲ ਨਹੀਂ ਗੀ ਜਿਹੜਾ ਅਸੀਂ ਕਾਰਡ ਬਣਾਇਆ ਸੀ ਜਿਹੜੀ ਟ੍ਰੇਨ ਤੇ ਅਸੀਂ ਜਾਣਾ ਹੈ ਜਿਹਦੀ ਬੁਕਿੰਗ ਕਰਾਉਣੀ ਹੈ ਉਹਦੇ ਵਿੱਚ ਸਾਡੀ ਮਤਲਬ ਟਿਕਟ ਨਹੀਂ ਲੱਗਣੀ ਉਹ ਆਪਾਂ ਪਤਾ ਕੀਤਾ ਹੋਇਆ ਸੀ ਲੇਕਿਨ ਐਟ ਅ ਟਾਈਮ ਤੇ ਟ੍ਰੇਨ ਚੇਂਜ ਕੀਤੀ ਆ ਮਤਲਬ ਸਾਨੂੰ ਘਰਦਿਆਂ ਨੇ ਕਿਹਾ ਵੀ ਉਹ ਵਾਲੀ ਟ੍ਰੇਨ 'ਚ ਸੀਟਾਂ ਆ ਰਹੀਆਂ ਵਾ ਜਲਦੀ ਦੀਆਂ ਤੁਸੀਂ ਉਹ ਕਰੋ ਹੁਣ ਟ੍ਰੇਨ ਚੇਂਜ ਕਰਨ ਦੇ ਨਾਲ ਇਹਦੇ ਵਿੱਚ ਜਿਹੜਾ ਇਹ ਹੈਂਡੀਕੈਪ ਸਰਟੀਫਿਕੇਟ ਸੀਨੀਅਰ ਸਿਟੀਜ਼ਨ ਇਹਨਾਂ ਨੂੰ ਕੋਈ ਵੀ ਡਿਸਕਾਊਂਟ ਨਹੀਂ ਆ ਪੂਰੀ ਟਿਕਟ ਲੱਗ ਗਈ ਇਹਦੇ ਵਿੱਚ ਸੱਚਖੰਡ ਐਕਸਪ੍ਰੈਸ ਓਬਵੀਅਸਲੀ ਜੀ ਹਜੂਰ ਸਾਹਿਬ ਚੱਲੇ ਆ ਤੁਸੀਂ ਕਮੈਂਟਸ ਵਿੱਚ ਲਿਖਿਆ ਵੀ ਹਜੂਰ ਸਾਹਿਬ ਚੱਲੇ ਆ ਪਰਿਵਾਰ ਦੇ ਨਾਲ ਤੇ ਸੱਚਖੰਡ ਐਕਸਪ੍ਰੈਸ ਦੇ ਵਿੱਚ ਵੀ ਡਿਸਕਾਊਂਟ ਹੈਗਾ ਇਹ ਕਹਿੰਦੇ ਮਿਲਦਾ ਬਟ ਜਿਹੜੀ ਟ੍ਰੇਨ ਤੇ ਅਸੀਂ ਚੱਲੇ ਆ ਉਹਦੇ 'ਚ ਡਿਸਕਾਊਂਟ ਹੈ ਨਹੀਂਗਾ ਕਿਉਂਕਿ ਉਹਦੇ ਸੀਟਾਂ ਹੈਗੀਆਂ ਸੀ ਸੱਚਖੰਡ 'ਚ ਸੀਟਾਂ ਨਹੀਂ ਮਿਲ ਰਹੀਆਂ ਜਨਵਰੀ ਤੱਕ ਦੀਆਂ ਸੀਟਾਂ ਨਹੀਂ ਮਿਲ ਰਹੀਆਂ 2023 ਤੱਕ ਦੀਆਂ ਇਹ ਆਪਾਂ ਨੂੰ ਦਸੰਬਰ ਦੀਆਂ ਮਿਲ ਗਈਆਂ ਨੇ ਤਾਂ ਕਰਕੇ ਚਲੋ ਉਮੀਦ ਕਰਦਾ ਤੁਹਾਨੂੰ ਸਾਰੀ ਜਾਣਕਾਰੀ ਅੱਛੀ ਲੱਗੀ ਹੋਣੀ ਹੈ ਮਿਲਦੇ ਆ ਤੁਹਾਨੂੰ ਕੱਲ ਨਵੇਂ ਇੱਕ ਵਲੌਗ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਬਾਏ ਬਾਏ।